ਫਿਲੌਰ ਦੇ ਨਜ਼ਦੀਕੀ ਪਿੰਡ ਭੱਟੀਆਂ 'ਚ ਸਿਹਤ ਵਿਭਾਗ ਵੱਲੋਂ ਸ਼ੂਗਰ ਅਤੇ ਬੀ ਪੀ ਦਾ ਚੈੱਕਅਪ ਕੈਂਪ ਲਗਾਇਆ। ਕੈਂਪ ਦਾ ਪਿੰਡ ਵਾਸੀਆਂ ਨੇ ਲਾਭ ਲਿਆ। ਸਰਬਜੀਤ ਸਿੰਘ ਸਾਬੀ ਸਰਪੰਚ ਨੇ ਟੀਮ ਦਾ ਤੈਅ ਦਿਲੋਂ ਧੰਨਵਾਦ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। Find the real me. So let's go. Seize the feeling. Cause you know, it's time for the meaning. Now we show we're coming to win it. ਤੁਸੀਂ ਕਿੰਨੇ ਤੇ ਪੇਸ਼ੈਂਟ ਚੱਕੀ ਤੇ? ਅੱਜ ਸਵੇਰ ਦੇ 20-25 ਪੇਸ਼ੈਂਟ ਆ ਗਏ। ਤੁਸੀਂ ਹੋਰ ਵੀ ਪਿੰਡਾਂ ਜਾਂਦੇ ਹੋ? ਹਾਂਜੀ, ਜਿਵੇਂ ਅੱਟੇ 'ਚ ਬੈਠਦੇ ਹਾਂ ਆਪਾਂ, ਰੁੜਕਾ ਖੁਰਦਾ ਹੁੰਦਾ ਅੱਟੇ ਦੇ ਅੰਦਰ, ਉੱਥੇ ਜਾਂਦੇ ਹਾਂ। ਭੱਟੀਆਂ ਦਾ 3 ਪਿੰਡ ਆਉਂਦੇ। ਹਾਂਜੀ, ਅੱਜ ਸਾਡੇ ਪਿੰਡ ਭੱਟੀਆਂ ਵਿਖੇ ਬੜਾ ਪਿੰਡ ਹੈਲਥ ਟੀਮ ਵੱਲੋਂ ਉਹਨਾਂ ਦੇ ਸੀ ਐੱਚ ਓ ਬੰਦਨਾ ਅਤੇ ਇਹਨਾਂ ਮੈਡਮ ਮੀਨੂ ਸਾਡੇ ਪਿੰਡ ਕੈਂਪ ਲਗਾਉਣ ਆਏ ਆ, ਜਿਹਦੇ ਵਿੱਚ ਉਹਨਾਂ ਨੇ ਬੀ ਪੀ ਅਤੇ ਸ਼ੂਗਰ ਦਾ ਚੈੱਕਅਪ ਕੀਤੇ ਅਤੇ ਉਹਨਾਂ ਨੂੰ ਮੈਡੀਸਨ ਫ੍ਰੀ ਜੋ ਸਰਕਾਰ ਲਾਉਂਦੀ ਆ ਉਹ ਪ੍ਰੋਵਾਈਡ ਕਰਾਈ ਆ, ਅਤੇ ਉਸੇ ਨਾਲ ਹੀ ਅੱਜ ਛੋਟੇ ਬੱਚੇ ਜਿਨ੍ਹਾਂ ਦੇ ਇੰਜੈਕਸ਼ਨ ਲੱਗਣ ਵਾਲੇ ਸੀ ਉਹ ਵੀ ਲਗਾਏ।